ਹਾਂਜੀ ਵੈਲਕਮ ਜੀ ਆਪ ਸਭ ਦਾ ਪੰਜਾਬੀ ਮੀਟੀ ਚੈਨਲ ਦੇ ਉੱਤੇ ਸਭ ਵੀਰਾਂ ਭੈਣਾਂ ਦਾ ਬਿਊਰਗਾਂ ਦਾ ਬਹੁਤ ਬਹੁਤ ਸਵਾਗਤ ਹੈ ਹਰ ਰੋਜ਼ ਹੀ ਤਰ੍ਹਾਂ ਅੱਜ ਲੈ ਕੇ ਹਾਜ਼ਰਾਂ ਨਵੀਆਂ ਖ਼ਬਰਾਂ ਗੱਲ ਕਰਾਂਗੇ ਜੀ ਆਪਾਂ 28 ਮਈ ਦੀ ਸੋ ਸਟਾਰਟ ਕਰਦੇ ਹਾਂ ਜੀ ਆਪਾਂ ਅੱਜ ਦੀਆਂ ਨਵੀਆਂ ਖ਼ਬਰਾਂ ਸਟਾਰਟ ਕਰਦੇ ਹਾਂ ਜੀ ਆਪਾਂ 45 ਨਿਊਜ਼ ਇਨ ਪੰਜਾਬੀ ਟਰਾਂਸਲੇਟਿਡ ਬਾਈ ਪੰਜਾਬੀ ਮੀਟੀ ਚੈਨਲ ਸੋ ਗੱਲ ਕਰੀਏ ਸਭ ਤੋਂ ਪਹਿਲਾਂ ਇਹ ਕੇਸਿਸ ਦੀ ਇਟਲੀ ਵਿੱਚ ਗੱਲ ਕਰੀਏ ਜੇਕਰ ਤਾਂ ਪੁਨੀ ਦੀ ਅੱਜ 2 ਲੱਖ 99411 ਟੈਸਟ ਜਿਹੜੇ ਆ ਕੀਤੇ ਗਏ ਆ ਇਸ ਤੋਂ ਦੇ ਵਿੱਚ ਕਈ ਆਪਣੀ ਵੀਰ ਪੁੱਛਦੇ ਸੀ ਪਾਜੀ ਟੈਸਟ ਜਿਹੜੇ ਅੱਜ ਦੇ ਹੁੰਦੇ ਆ ਜਾਂ ਇਹ ਕੱਲ ਦੇ ਹੁੰਦੇ ਆ ਇਹ ਜਿਹੜੇ ਟੈਸਟ ਹੁੰਦੇ ਆ ਜੀ ਇਹ 24 ਘੰਟਿਆਂ ਦੇ ਹੁੰਦੇ ਆ 24 ਘੰਟੇ ਕਿਦਾਂ ਮਿਲੇ ਜਾਂਦੇ ਆ ਲਾਸਟ 24 ਆਵਰਸ ਜੇਕਰ ਅੱਜ 5 ਵਜੇ ਤੋਂ ਲੈ ਕੇ ਕੱਲ ਸ਼ਾਮ ਦੇ 5 ਵਜੇ ਤੱਕ ਇਸ ਟਾਈਮ ਪੀਰੀਅਡ ਦੇ ਵਿੱਚ ਜਿੰਨੇ ਵੀ ਟੈਸਟ ਜਿਹੜੇ ਆ ਕੀਤੇ ਗਏ ਆ ਉਹ ਜਿਹੜੇ ਆ ਇੱਕ ਦਿਨ ਦੇ ਵਿੱਚ ਜਿਹੜੇ ਆ ਸ਼ਾਮਿਲ ਕਰ ਦਿੱਤੇ ਜਾਂਦੇ ਆ ਸੋ ਇਸ ਹਿਸਾਬ ਦੇ ਨਾਲ ਜਿੱਥੋਂ ਵੀ 24 ਘੰਟੇ ਹੀ ਸਟਾਰਟ ਕਰਦੇ ਆ ਉਸ 24 ਘੰਟੇ ਦੇ ਵਿੱਚ ਜਿਹੜੇ ਆ ਟੈਸਟ ਜਿਹੜੇ ਹੁੰਦੇ ਆ ਉਹ ਜਿਹੜੇ ਟੈਂਪੋਨੀ ਆ ਜੀ ਟੂਟਲ ਜਿਹੜੇ ਇੱਕ ਚੀਜ਼ ਤੁਸੀਂ ਨੋਟਿਸ ਕਰਿਓ ਜਿਹੜੀ ਤਸੂ ਦੀ ਪੋਜ਼ਿਟਿਵ ਤੇ ਜਿਹੜੀ ਹੈ ਜੀ ਇਹ 1.5% ਦੀ ਜਿਹੜੀ ਆ ਚੁੱਕੀ ਆ। ਯਾਨੀ ਕਿ ਜਿਹੜੀ ਤਸੂ ਦੀ ਪੋਜ਼ਿਟਿਵ ਤੇ ਜਿਹੜੀ ਹੈ ਜੀ ਆਪਣੀ 1.5 ਦਾ ਮਤਲਬ ਤੁਸੀਂ ਸਮਝ ਸਕਦੇ ਆ ਵੀ ਕਿੰਨਾ ਹੁੰਦਾ। ਹਰ 100 ਬੰਦੇ ਦੇ ਪਿੱਛੇ ਸਿਰਫ ਇੱਕ ਬੰਦਾ ਜਿਹੜਾ ਆ ਪੋਜ਼ਿਟਿਵ ਆ ਰਿਹਾ ਆ ਹੁਣ। ਹਰ 100 ਤੋਂ 100 ਟੈਸਟ ਦੇ ਪਿੱਛੇ ਜਿਹੜਾ ਕਿ ਬਹੁਤ ਹੀ ਜ਼ਿਆਦਾ ਵਧੀਆ ਗੱਲ ਆ। ਇਹ ਜਿਹੜਾ ਅੱਗੇ ਆਪਣਾ ਜਿਹੜਾ ਸੀਗਾ ਜੀ 6.5 7.5 ਤੱਕ ਜਿਹੜਾ ਚੱਲਦਾ ਹੁੰਦਾ ਸੀਗਾ ਤੇ ਅੱਜ ਜਿਹੜਾ ਇਹ 1.5 ਤੇ ਜਿਹੜਾ ਆ ਆ ਚੁੱਕੀ ਆ। ਇਸ ਤੋਂ ਇਲਾਵਾ ਗੱਲ ਕਰੀਏ ਕੇਸਿਸ ਦੀ ਤੇ 2.5 ਲੱਖ ਜਿਹੜਾ ਟੈਸਟ ਕੀਤਾ ਗਿਆ ਹੈ 2.5 ਲੱਖ ਟੈਸਟ ਦੇ ਵਿੱਚੋਂ ਜੀ 3738 ਜਿਹੜਾ ਕੇਸ ਨਵਾਂ ਆਇਆ ਤੇ ਅੱਜ 126 ਬੰਦੇ ਦੀ ਜਾਨ ਵੀ ਗਈ ਹੈ ਤੇ 10534 ਬੰਦਾ ਠੀਕ ਵੀ ਹੋਇਆ ਜਿਸ ਨਾਲ ਪੋਜ਼ੇਟਿਵ ਕੇਸ ਜਿਹੜੇ ਹੈ ਜੀ 246270 ਤੇ ਜਿਹੜੇ ਆ ਗਏ ਹੈ ਇਸ ਤੋਂ ਇਲਾਵਾ ਗੱਲ ਕਰੀਏ ਵੈਕਸੀਨੇਸ਼ਨ ਦੀ ਵੈਕਸੀਨੇਸ਼ਨ ਦੀ ਗੱਲ ਕਰੀਏ ਤੇ ਤਕਰੀਬਨ 33.1 ਮਿਲੀਅਨ ਲੋਕਾਂ ਦੇ ਜਿਹੜੇ ਹੈ ਜੀ ਵੈਕਸਿਨ ਜਿਹੜੀ ਆ ਪ੍ਰਾਈਮਾ ਡੋਸ ਜਿਹੜੀ ਆ ਮਿਲ ਚੁੱਕੀ ਹੈ ਤੇ 11.3 ਮਿਲੀਨ ਲੋਕਾਂ ਨੂੰ ਸੈਕੰਡ ਡੋਸੇ ਜਿਹੜੀ ਆ ਮਿਲ ਗਈ ਹੈ। ਇਸ ਤੋਂ ਇਲਾਵਾ ਲੁੰਬਾਰਡੀਆ ਦੇ 661 ਕੇਸ, ਵਿਨੋਤੋ 190, ਕੰਪਾਨੀਆ ਦੇ 477, ਮਿਲਰ ਰੂਮਾਨੀਆ ਦੇ 258, ਪਈਮੋਂਟੇ ਦੇ 280, ਲਾਜ਼ੀਓ ਦੇ 296, ਪੂਲੀਆ ਦੇ 250, ਟਸਕਾਨਾ ਦੇ 301, ਸਿਚੀਲਿਆ ਦੇ 418, ਜੂਲੀਆ ਦੇ 21, ਲਿਗੂਰੀਆ ਦੇ 67 ਕੇਸ, ਮਾਰਕੇ ਦੇ 103, ਅਬਰੂਸੋ ਦੇ ਵਿੱਚ 43, ਬੁਲਸਨੋ ਦੇ 49, ਕਲਾਬਰੀਆ ਦੇ 105, ਸਰਦੇਨੀਆ ਦੇ 52 ਉਮਰੀਆ ਚ 63 ਕੇਸ 63 ਤੋਂ 40 ਬਾਜ਼ੂਲੀ ਕਾ ਤੋਂ 57 ਮੁਰੀਜ਼ੇ ਚ 5 ਤੇ ਵੱਲ 200 4 ਜਿਹੜੇ ਕੇਸ ਆ ਜੀ ਨਵੇਂ ਆਏ ਆ ਇਹ ਤਾਂ ਸੀਗੇ ਜੀ ਆਪਣੇ ਕੇਸ ਇਸ ਤੋਂ ਬਾਅਦ ਇੱਕ ਕਮੈਂਟ ਆਪਣੇ ਵੀਰ ਦਾ ਮੈਨੂੰ ਅੱਜ ਪਰੇ ਜਿਹੜੀ ਸੀਰੀਅਸ ਵੀਡੀਓ ਅਪਲੋਡ ਕੀਤੀ ਸੀ ਉਹਦੇ ਉੱਤੇ ਆਇਆ ਸੀਗਾ ਕਿਸੇ ਵੀਰ ਨੇ ਪੁੱਛਿਆ ਸੀਗਾ ਮੈਨੂੰ ਸਮਝ ਨਹੀਂ ਲੱਗ ਰਿਹਾ ਵੀ ਵੀਰ ਨੇ ਆਪਣੇ ਕਿਹੜਾ ਕਮੈਂਟ ਕਿਸ ਹਿਸਾਬ ਦੇ ਨਾਲ ਕੀਤਾ ਹੈ ਕਿਉਂਕਿ ਜਿਹੜੇ ਹਿਸਾਬ ਉਹਨਾਂ ਨੇ ਲਿਖਿਆ ਆ ਉਹ ਪਤਾ ਨਹੀਂ ਲੱਗ ਰਿਹਾ ਉਹਨਾਂ ਨੇ ਕੀ ਲਿਖਿਆ ਆ ਪਰ ਉਹਨੇ ਇੱਕ ਚੀਜ਼ ਜਿਹੜੀ ਪੁੱਛੀ ਹੋਈ ਹੈ ਵੀ ਜਿਨ੍ਹਾਂ ਨੇ ਵੈਕਸੀਨ ਲਗਾਇਆ ਹੈ ਜੀ ਉਹ ਕਹਿ ਰਿਹਾ ਵੀ 2 ਸਾਲ ਤੋਂ ਬਾਅਦ ਬੰਦਾ ਮਰ ਜਾਣੇ ਆ ਇਹ ਗੱਲ ਸੱਚੀ ਹੈ ਜਾਂ ਝੂਠੀ ਹੈ ਸੋ ਦੇ ਵਿੱਚ ਇਹ ਨਹੀਂ ਮੈਨੂੰ ਪਤਾ ਲੱਗਦਾ ਵੀ ਭਾਜੀ ਨੇ ਪੁੱਛਿਆ ਵੀ ਵੈਕਸੀਨ ਨਹੀਂ ਲਗਾਇਆ ਉਹਨਾਂ ਦੀ ਜਾਨ ਚਲ ਜਾਨੀ 2 ਸਾਲ ਬਾਅਦ ਜਿਨ੍ਹਾਂ ਨੇ ਵੈਕਸੀਨ ਲਵਾਇਆ ਉਹਨਾਂ ਦੀ ਜਾਨ ਚਲ ਜਾਨੀ ਹੈ ਸੋ ਪਹਿਲੀ ਗੱਲ ਵੀਰੋ ਜਿਹੜੀ ਵੈਕਸੀਨ ਲਗਵਾ ਕੇ ਕੋਈ ਵੀ ਜਾਨ ਜਿਹੜੀ ਕਿਸੇ ਦੀ ਨਹੀਂ ਜਾਣੀ ਹੈਗੀ ਇਹ ਜਿਹੜੀਆਂ ਖਵਾਵਾ ਜਿਹੜੀਆਂ ਫੈਲਾਈ ਜਾਂਦੀਆਂ ਝੂਠੀਆਂ ਖਬਰਾਂ ਜਿਹੜੀਆਂ ਇੰਟਰਨੈਟ ਤੇ ਉੱਤੇ ਜਿਹੜੀਆਂ ਫੈਲਦੀਆਂ ਆ ਇਦਾਂ ਦੀ ਗੱਲ ਕੋਈ ਨਹੀਂ ਇਟਲੀ ਵਿੱਚ 30 ਕਰੋੜ ਤੋਂ ਵੱਧ ਲੋਕਾਂ ਦੇ ਵੈਕਸੀਨ ਲੱਗ ਚੁੱਕਾ ਹੈ ਤੇ ਤੁਸੀਂ ਮੈਨੂੰ ਦਿਖਾ ਦਿਓ ਕਿੰਨੇ ਕ ਬੰਦੇ ਦੀ ਜਾਨ ਇੱਥੇ ਗਈ ਹੈ ਵੈਕਸੀਨ ਦੇ ਨਾਲ ਇੰਗਲੈਂਡ ਦੇ ਵਿੱਚ ਅੱਧੀ ਪੋਪੂਲੇਸ਼ਨ ਨੂੰ ਜਿਆਦਾ ਵੈਕਸੀਨ ਲੱਗ ਚੁੱਕਾ ਹੈ ਤੇ ਉੱਥੇ ਜਿਹੜੇ ਕੇਸ ਹੈ ਤੁਸੀਂ ਆਪੀ ਨੋਟਿਸ ਕਰ ਸਕਦੇ ਆਂ ਵੀ ਕਿੰਨੇ ਘਟ ਗਏ ਆ ਸੋ ਇਦਾਂ ਦੀ ਚੀਜ਼ਾਂ ਤੇ ਵਿਸ਼ਵਾਸ ਵੀਰੋਂ ਨਾ ਕਰੋ ਕੋਈ ਵੀ ਵੈਸੇ ਵੀ ਅੱਜਕਲ YouTube ਦੇ ਉੱਤੇ ਲੋਕ ਕੀ ਜਿਹੜੇ ਹੈ ਜਿਵੇਂ ਵੀਊ ਲੈਣ ਦੇ ਖਾਤਰ ਕੁਝ ਵੀ ਜਿਹੜਾ ਹੈ ਲਿਖ ਸਕਦੇ ਆ ਬਾਹਰ ਕੁਝ ਵੀ ਕਰ ਸਕਦੇ ਆ ਲੋਕੀ ਤਾਂ ਝੂਠ ਨੂੰ ਸੱਚ ਬਣਾਉਂਦੇ ਤੇ ਸੱਚ ਨੂੰ ਝੂਠ ਜਿਹੜਾ ਆ ਇੱਕ ਮਿੰਟ ਲਾਉਂਦੇ ਆ ਬਣਾਉਣ ਦੇ ਸੂ ਕਿਰਪਾ ਕਰਕੇ ਵੀਰੋ ਕੋਈ ਵੀ ਐਸੇ ਜਿਹੜੇ ਇਦਾਂ ਦੇ ਮੈਸੇਜ ਹੁੰਦੇ ਆ ਜਾਂ ਤੁਹਾਨੂੰ WhatsApp ਦੇ ਕੋਈ ਮੈਸੇਜ ਆਉਣ ਖਾਸ ਕਰ ਉਹਦੇ ਉੱਤੇ ਵਿਸ਼ਵਾਸ ਜਿਹੜਾ ਐ ਇਦਾਂ ਨਾ ਕਰਿਆ ਕਰੋ ਤੇ ਇਸ ਤੋਂ ਇਲਾਵਾ ਵੀਰੋ ਅੱਜ ਕੱਲ੍ਹ ਕਈ ਵੀਰ ਮੈਨੂੰ ਵੀਡੀਓ ਸ਼ੇਅਰ ਕਰਦੇ ਆ ਕੋਈ ਐਸੇ ਚੈਨਲ ਜਿਹੜੇ ਜਿਹੜੇ ਇਟਲੀ ਦੇ ਜਿਹੜੀ ਇਹਨਾਂ ਨੂੰ ਇੱਕ ਅੱਖਰ ਵੀ ਨਹੀਂ ਹੁਣ ਆ ਬੋਲੀ ਦਾ ਪਰ ਉਹ ਨਿਊਜ਼ ਜਿਹੜੇ ਆ ਟਰਾਂਸਲੇਟ ਕਰ ਕਰ ਦੇ ਰਹੇ ਆ ਇਥੇ ਟੈਲੀਅਨ ਲੈਂਗੁਏਜ ਦੇ ਵਿੱਚ ਸੋ ਮੈਨੂੰ ਨਹੀਂ ਪਤਾ ਕਿ ਕਿਸੇ ਹਿਸਾਬ ਦੇ ਨਾਲ ਤੁਸੀਂ ਕੋਈ ਬੰਦਾ ਨਿਊਜ਼ ਦੇ ਸਕਦਾ ਕਿਸੇ ਕੰਟਰੀ ਦੀ ਇਹਨੂੰ ਉਹਦੀ ਲੈਂਗੁਏਜ ਵੀ ਨਹੀਂ ਪਰ ਉੱਪਰੋਂ ਦੀ ਤੇ ਜਿਹੜੀ ਜਦੋਂ ਟ੍ਰਾਂਸਲੇਸ਼ਨ ਬੰਦਾ ਕਰਦਾ ਆ ਆਨਲਾਈਨ ਜਿਹੜੀ ਟ੍ਰਾਂਸਲੇਸ਼ਨ ਹੁੰਦੀ ਓ ਪੂਰੀ ਪਰਫੈਕਟ ਨਹੀਂ ਹੁੰਦੀ ਓ ਪੂਰੀ ਸਹੀ ਨਹੀਂ ਹੁੰਦੀ ਹੈਗੀ ਸੋ ਇਸੇ ਕਰਕੇ ਵੀ ਅਸੀਂ ਤੁਹਾਨੂੰ ਕਹੀਦਾ ਹੁੰਦਾ ਜਦੋਂ ਵੀ ਤੁਸੀਂ ਕੋਈ ਵੀ ਖਬਰ ਚੁੰਨਦੇ ਹੋ ਚਾਹੇ ਕਿਸੇ ਵੀ ਚੈਨਲ ਦੀ ਚਾਹੇ ਸਾਡੀ ਕਿਉਂ ਨਾ ਹੋਵੇ ਇੱਕ ਵਾਰ ਉਸ ਚੀਜ਼ ਨੂੰ ਵਿਸ਼ਵਾਸ ਕਰਨ ਤੋਂ ਪਹਿਲਾਂ ਇੱਕ ਐਨਾਲਾਈਜ਼ ਜਿਹੜੀ ਤੁਸੀਂ ਆਪਣੀ ਜਿਹੜੀ ਆ ਕਰ ਲਿਆ ਕਰੋ ਤਾਂ ਕਿ ਤੁਸੀਂ ਆਪਣੇ ਆਪ ਇੱਕ ਵਾਰ ਚੀਜ਼ ਪਤਾ ਲਗਾ ਲਿਆ ਕਰੋ ਫੋਰ ਐਗਜ਼ਾਮਪਲ ਜੇ ਕੋਈ ਗੱਲ ਕਰਦਾ ਤੁਹਾਡੇ ਨਾਲ ਵੀ ਇਹ ਰਿਸੀਡੈਂਸ਼ਿਪ ਦਾ ਟਾਈਮ ਚੇਂਜ ਹੋ ਗਿਆ ਜਾਂ ਫਿਰ ਫਲਾਈਟ ਚੱਲ ਪਈਆਂ ਇੱਕ ਵਾਰ ਤੁਸੀਂ ਆਪ ਕਨਫਰਮ ਜਿਹੜਾ ਆ ਕਰ ਲਿਆ ਕਰੋ ਇੱਕਦ ਤਬੇਤਰੀ ਤੇ ਇਸ ਤੋਂ ਬਾਅਦ ਇੱਕ ਹੋਰ ਮੈਨੂੰ ਕਮੈਂਟ ਆਪਣੇ ਕਿਸੇ ਵੀਰ ਨੇ ਕੀਤਾ ਸੀਗਾ ਤੇ ਕੋਈ ਕੋਈ ਆਪਣਾ ਕਹਿ ਰਿਹਾ ਸੀ ਪਾਈਟਲੀ ਦੇ ਜਿਹੜੇ ਪੇਪਰ ਖੁੱਲਣ ਲੱਗੇ ਆ ਸੋ ਮੈਨੂੰ ਕਮੈਂਟ ਚੱਜਣਾ ਵੀਰੋ ਕਰੋ ਕਿਹੜੇ ਪੇਪਰ ਜਿਹੜੇ ਖੁੱਲਣ ਲੱਗੇ ਇਟਲੀ ਵਿੱਚ ਕਿਉਂਕਿ ਸਾਡੇ ਬਾਰੇ ਇੱਥੇ ਤਾਂ ਕੋਈ ਵੀ ਜਾਣਕਾਰੀ ਹੈ ਨਹੀਂਗੀ ਤੁਸੀਂ ਜੇਕਰ ਕਮੈਂਟ ਕਰਦੇ ਆ ਤੇ ਸਾਨੂੰ ਨਾਲ ਲਿੰਕ ਵੀ ਦਿਆ ਕਰੋ ਵੀ ਕੌਣ ਕਹਿ ਰਿਹਾ ਪੇਪਰ ਖੁੱਲਣ ਲੱਗੇ ਆ ਇਹ ਕਿਹੜੇ ਪੇਪਰ ਖੁੱਲਣ ਲੱਗੇ ਆ 9 ਮੰਥ ਵਾਲੇ ਆ ਜਾਂ ਕਿਹੜੀ ਫਲੂਸ ਜਿਹੜੀ ਖੁੱਲਣ ਲੱਗੀ ਆ ਇਹ ਹਰ ਨੂੰ ਜਿਹੜੇ ਕਿਸੇ ਜੀ ਤੁਹਾਨੂੰ ਕੋਈ ਵੀਡੀਓ ਦੱਸ ਰਿਹਾ ਸਾਨੂੰ ਨੀਚੇ ਕਮੈਂਟ ਕਰ ਦਿਓ ਹੋ ਸਕਦਾ ਸਾਨੂੰ ਨਾ ਪਤਾ ਹੋਵੇ ਪਰ ਤੁਸੀਂ ਫਿਰ ਵੀ ਸਾਨੂੰ ਨੀਚੇ ਲਿੰਕ ਦਿਓ ਕਿ ਤੁਹਾਨੂੰ ਕਿਸ ਕੋਈ ਕਰੀ ਸਾਈਟ ਤੁਸੀਂ ਪੜੇ ਆ ਕਿਉਂਕਿ ਬਾਕੀਆਂ ਵੀਰਾਂ ਦੇ ਵਿੱਚ ਇਦਾਂ ਜਿਹੜੀ ਕਾਫੀ ਪ੍ਰੋਬਲਮ ਜਿਹੜੀ ਹੈ ਚੈਨਲ ਤੇ ਮੈਂ ਦੇਖ ਰਿਹਾ ਵੀ ਕਾਫੀ ਲੋਕ ਜਿਹੜੇ ਆ ਪਰੇਸ਼ਾਨ ਹੋ ਰਹੇ ਆ ਇਸ ਤੋਂ ਬਾਅਦ ਗੱਲ ਕਰੀਏ ਅਗਲੀ ਅਪਡੇਟ ਦੀ ਅਗਲੇ ਆਪਣੇ ਜਿਹੜੇ ਇੱਕ ਹੋਰ ਵੀਰ ਦਾ ਕਮੈਂਟ ਆਇਆ ਸੀਗਾ ਜਸਮੀਰ ਆਪਣੇ ਭਾਜੀ ਦਾ ਨਾਮ ਆ ਉਹਨਾਂ ਨੇ ਪੁੱਛਿਆ ਆ ਭਾਜੀ ਇਹ ਬਤਾਨੇ ਕਸ਼ਟ ਕੀਜੀਏ ਜੇਕਰ ਕਿਸੇ ਦੀ ਜਿਹੜੀ ਵੈਕਸੀਨ ਹੈ ਜੀ ਉਹ ਇੰਡੀਆ ਦੇ ਵਿੱਚੋਂ ਲੱਗਦੀ ਹੈ ਇੱਕ ਡੋਜ਼ ਇੰਡੀਆ ਚੋਂ ਲੱਗਦੀ ਹੈ ਤੇ ਦੂਜੀ ਡੋਜ਼ ਜਿਹੜੀ ਇਟਲੀ ਵਿੱਚ ਲੱਗ ਸਕਦੀ ਹੈ ਜਾਂ ਨਹੀਂ ਲੱਗ ਸਕਦੀ ਕਿਉਂਕਿ ਟਾਈਮ ਜਿਹੜਾ ਹੁੰਦਾ ਹੈ ਇਹਦੇ ਵਿੱਚ ਸਵੇਰੇ ਬਾਰੇ ਵੀਰੋ ਤੁਹਾਨੂੰ ਅਸੀਂ ਪੱਕੀ ਇਨਫੋਰਮੇਸ਼ਨ ਨਹੀਂ ਦੇ ਸਕਦੇ ਵੀ ਵੈਕਸੀਨ ਲੱਗ ਸਕਦੀ ਜਾਂ ਨਹੀਂ ਕਿਉਂਕਿ ਇੰਡੀਆ ਵਿੱਚ ਜਿਹੜੀ ਵੈਕਸੀਨ ਲੱਗਦੀ ਹੈ ਉਹ ਜਿਹੜੀ ਕੋਵਿਡ ਸ਼ੀਲਡ ਜਾਂ ਕੋਵੈਕਸਚੇਨ ਲੱਗ ਰਹੀ ਹੈ ਇੰਡੀਆ ਦੇ ਵਿੱਚ ਕੋਵਿਡ ਸ਼ੀਲਡ ਦੇ ਨਾਮ ਆ ਤੇ ਜਿਹੜੀ ਇਟਲੀ ਵਿੱਚ ਲੱਗਦੀ ਹੈ ਇਥੇ ਆਪਣੇ ਫਾਈਜ਼ਰ ਮੋਡਰਨਾ ਜਾਂ ਆਸਟਾਜ਼ਨ ਕਾਇਆ ਜਾਂ ਜੌਨਸਨ ਲੱਗਦੀ ਹੈ ਕਿਉਂਕਿ ਹਰ ਇੱਕ ਵੈਕਸੀਨ ਜਿਹੜਾ ਹੁੰਦਾ ਹੈ ਜੀ ਉਹਦਾ ਇੱਕ ਵੱਖਰਾ ਟਾਈਮ ਪੀਰੀਅਡ ਹੁੰਦਾ ਵੀ ਕਿੰਨੇ ਦਿਨ ਦੇ ਵਿੱਚ ਜਾ ਕੇ ਐਂਟੀਬਾਡੀਸ ਬਣਦੇ ਆ ਸੋ ਜੇਕਰ ਤੁਸੀਂ ਤੁਹਾਡੇ ਫਾਈਜ਼ਰ ਲੱਗਾ ਹੈ ਤੁਹਾਡੇ ਦੇ ਲਈ ਦੂਜੀ ਡੋਜ਼ ਫਾਈਜ਼ਰ ਦੀ ਹੀ ਲਗਣੀ ਆ ਤੇ ਜੇਕਰ ਤੁਹਾਡੇ ਤੁਸੀਂ ਇੰਡੀਆ ਤੋਂ ਲਵਾਈ ਹੈ ਤੇ ਇਹਦੇ ਵਿੱਚ ਜਿਹੜੀ ਪ੍ਰੋਬਲਮ ਪੈ ਸਕਦੀ ਹੈ ਇਹਦੇ ਬਾਰੇ ਸਾਨੂੰ ਹੁਣ ਪੱਕੀ ਜਾਣਕਾਰੀ ਨਹੀਂ ਹੈਗੀ ਵੀ ਦੋ ਵੈਕਸੀਨ ਲੱਗੇਗੀ ਜਾਂ ਲੱਗ ਸਕਦੀ ਜਾਂ ਨਹੀਂ ਲੱਗ ਸਕਦੀ ਬਟ ਕੋਈ ਨਾ ਅਸੀਂ ਕੋਸ਼ਿਸ਼ ਕਰਦੇ ਆਂ ਵੀ ਕਿਸੇ ਪਾਸੋਂ ਜਾਣਕਾਰੀ ਕੱਢਦੇ ਆਂ ਇਹਦੇ ਬਾਰੇ ਵੀ ਇਸ ਤੋਂ ਇਲਾਵਾ ਫਲਾਈਟਸ ਬਾਰੇ ਆਪਾਂ ਨੂੰ ਵੀ ਪੁੱਛ ਰਹੇ ਆਂ ਭਾਜੀ ਫਲਾਈਟਸ ਜਿਹੜੀਆਂ ਨੇ ਫਲਾਈਟਸ ਕਦੋਂ ਸਟਾਰ ਫਲਾਈਟਸ ਜਿਹੜੀਆਂ ਐ ਜੀ ਮੈਂ ਤੁਹਾਨੂੰ ਉੱਤੇ ਵੀ ਦੱਸਿਆ ਵੀ ਫਲਾਈਟਸ ਜਿਹੜੀਆਂ ਚੱਲਦੀਆਂ ਪਈਆਂ ਕੁਝ ਇੱਕ ਲੋਕਲ ਕੁਝ ਜਿਹੜੀਆਂ ਛੋਟੀਆਂ ਜਿਹੜੀਆਂ ਫਲਾਈਟਸ ਜਾ ਰਹੀਆਂ ਆ ਜਿਹੜੀਆਂ ਕੋਈ ਕਮਰਸ਼ੀਅਲ ਯੂਜ਼ ਵਾਲੀਆਂ ਤੇ ਚੱਲਦੀਆਂ ਪਈਆਂ ਉਸ ਤੋਂ ਇਲਾਵਾ ਜਿਹੜੇ ਪੈਸੇਂਜਰ ਆ ਜਿਹੜੇ ਕੁਝ ਨਾ ਕੁਝ ਜਿਹੜੇ ਆ ਰਹੇ ਜਿਨ੍ਹਾਂ ਨੇ ਕੋਈ ਸਿਟੀਨਨਸ਼ਿਪ ਇੱਥੇ ਦੀ ਹੈਗੀ ਜਾਂ ਰੈਜ਼ਿਡੈਂਸ ਹੈ ਜਿਹੜਾ ਬਣਿਆ ਹੋਇਆ ਰੈਜ਼ਿਡੈਂਸ ਸਮਝ ਲਓ ਜਿਹੜਾ ਡਿਗੋਵਰ ਮੈਸ ਤੋਂ ਸਜੂਰ ਨੂੰ ਹੈਗੀ ਹੈ ਤੇ ਬੰਦੇ ਜਿਹੜੇ ਕਈ ਵਾਪਸ ਆਪਣੇ ਆ ਰਹੇ ਆ 30 ਤਰੀਕ ਤੱਕ ਮੈਂ ਤੁਹਾਨੂੰ ਪਹਿਲੀ ਵਾਲੀ ਵੀਡੀਓ ਪਾਈ ਸੀ ਸਵੇਰ ਵਾਲੀ ਉਹ ਇਸ ਤੋਂ ਇਲਾਵਾ ਆਪਣੇ ਕਿਸੇ ਵੀਰ ਨੇ ਪੁੱਛਿਆ ਸੀ ਭਾਜੀ ਜੂਨ ਚ ਅਸੀਂ ਯੂਕੇ ਜਾਣਾ ਚਾਹੁੰਦੇ ਹਾਂ ਸਾਨੂੰ ਕਿਹੜੇ ਕਿਹੜੇ ਰੂਲ ਜਿਹੜੇ ਆ ਫਾਲੋ ਕਰਨੇ ਪੈਣੇ ਆ ਜੂਨ ਚ ਤੁਸੀਂ ਯਾ ਯੂਕੇ ਜਾਣਾ ਚਾਹੁੰਦੇ ਹੋ ਵੀਰੋ ਤੁਹਾਨੂੰ ਜਿਹੜੇ ਰੂਲ ਆ ਯੂਕੇ ਦੇ ਫਾਲੋ ਕਰਨੇ ਪੈਣੇ ਨਾ ਕਿ ਇਟਲੀ ਦੇ ਤੁਹਾਨੂੰ ਜਿਹੜਾ ਟੰਪੋਨੀ ਵਗੈਰਾ ਆਪਣਾ ਕਰਾਉਣਾ ਪੈਣਾ ਆ ਤੇ ਬਾਕੀ ਜਿਹੜੇ ਕਵਾਰਾਂਟੇਨ ਜਿਹੜੀ ਆ ਉਹ ਜਿਹੜੀ ਆ ਆਈ ਥਿੰਕ ਜਿਹੜੀ ਖਤਮ ਕਰ ਦਿੱਤੀ ਜਾਣੀ ਆ ਇਸ ਤੋਂ ਇਲਾਵਾ ਗ੍ਰੀਨ ਪਾਸ ਜਿਹੜਾ ਆਇਆ ਰਿਹਾ ਬਹੁਤ ਜਲਦ ਜਿਸ ਦੇ ਨਾਲ ਤੁਸੀਂ ਜਿਹੜਾ ਬਿਨਾਂ ਕਵਾਰਾਂਟੇਨ ਤੋਂ ਕਿਸੇ ਕੰਟਰੀ ਵਿੱਚ ਜਿਹੜਾ ਯੂਰਪੀਅਨ ਯ ਵੀ ਭਾਈ ਜੀ ਦਿੱਤੀ ਤਾਂ ਦਿਨਾਂ ਸਾਾਰੇ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਕਿ ਸਾਡੀ ਪੁਨਤਾ ਮੈਂ ਤੁੜੀ ਆ ਨਿਕਲਾਈ ਆ ਬਰੇਸ਼ਾ ਪਰਫਾ ਤੁੜੂ ਦੇ ਵਿੱਚ ਪਰ ਉਹ ਆਨਲਾਈਨ ਅਪਾਇੰਟਮੈਂਟ ਨਹੀਂ ਦੇ ਰਹੇ ਕੋਈ ਸੋ ਇਹਦੇ ਬਾਰੇ ਵੀਰੋ ਤੁਹਾਨੂੰ ਅਸੀਂ ਜ਼ਿਆਦਾ ਤਾਂ ਨਹੀਂ ਦੱਸ ਸਕਦੇ ਤੁਸੀਂ ਪਰਫਾ ਤੁੜੂ ਵੀ ਜਾ ਕੇ ਪਤਾ ਕਰ ਸਕਦੇ ਉਹਨਾਂ ਨੂੰ ਫੋਨ ਕਰਕੇ ਵੀ ਤੁਹਾਨੂੰ ਅਪਾਇੰਟਮੈਂਟ ਜੇਕਰ ਨਹੀਂ ਦੇ ਰਹੇ ਜੇ ਤੁਹਾਨੂੰ ਲੱਗਦਾ ਤੁਹਾਡੀ ਨਿਕਲੀ ਆ ਤੁਸੀਂ ਉਹਨੂੰ ਜ਼ਿਆਦਾ ਕਮੈਂਟ ਕਰਕੇ ਚੰਗੀ ਤਰ੍ਹਾਂ ਸਮਝਾਓ ਵੀ ਕੀ ਤੁਹਾਡੀ ਪ੍ਰੋਸੈਸ ਹੈ ਜਾਂ ਤੁਸੀਂ ਇੰਸਟਾਗ੍ਰਾਮ ਤੇ ਕਮੈਂਟ ਕਰ ਦਿਓ ਮੈਂ ਤੁਹਾਨੂੰ ਸਿਰ ਰਿਪਲਾਈ ਕਰੂੰਗਾ ਕੋਸ਼ਿਸ਼ ਕਰਨ ਦੀ ਸੂਏ ਜਿਹੜੇ ਕੋਸ਼ਕ ਆਪਣੇ ਕਮੈਂਟਸ ਜਿਹੜੇ ਆਪਣੀ ਵੀਰ ਕਾਫੀ ਚੜ੍ਹ ਤੋਂ ਪੁੱਛ ਰਹੇ ਸੀਗੇ ਜਿੱਦਾਂ ਕਿ ਤੁਹਾਨੂੰ ਮੈਂ ਸਿਵੀਰ ਵਾਲੀ ਵੀਡੀਓ ਵਿੱਚ ਦੱਸਿਆ ਸੀਗਾ ਵੀ ਮੈਂ ਸ਼ਾਮਾਂ ਦੇ ਵੀਡੀਓ 'ਚ ਰਿਪਲਾਈ ਕਰਨੇ ਆ ਜਿਹੜੇ ਆਪਣੇ ਵੀਰਾਂ ਨੇ ਪੁੱਛੇ ਸੀਗੇ ਸੋ ਆਪਾਂ ਰਿਪਲਾਈ ਕਰ ਦੱਤੇ ਆ ਜਿੰਨੇ ਕਿ ਸਾਨੂੰ ਜਿੰਨੀ ਕਿ ਨੌਲਜ ਆ ਇਸ ਤੋਂ ਇਲਾਵਾ ਜੇਕਰ ਤੁਸੀਂ ਹੋਰ ਕਮੈਂਟ ਕਰਨਾ ਚਾਹੁੰਦੇ ਹੋ ਸਾਨੂੰ ਨੀਚੇ ਕਰਦਿਆ ਕਰੋ ਕੋਸ਼ਿਸ਼ ਕਰਾਂਗੇ ਅਗਲੇ ਵੀਕ ਤੱਕ ਤੁਹਾਡੀ ਰਿਪਲਾਈ ਉਹ ਵੀ ਕਰਨ ਦਾ ਇਸ ਤੋਂ ਬਾਅਦ ਗੱਲ ਕਰਦਿਆਂ ਜੇ ਤੁਹਾਨੂੰ ਅਗਲੀ ਖਬਰ ਦੀ ਅ ਜਿਹੜੀ ਘਟਨਾ ਵਾਪਰੀ ਹੈ ਇਟਲੀ ਦੇ ਵਿੱਚ ਜਿਹਦੇ ਵਿੱਚ ਦੋ ਅਪਰਾਈਓ ਦੀ ਜਿਹੜੀ ਹੈ ਜਾਨ ਚਲੀ ਗਈ ਆ ਇਟਲੀ ਵਿੱਚ ਜਿਹ ਕਮਾਂ ਤੇ ਕਾਫੀ ਜਿਹੜੇ ਲਗਾਤਾਰ ਬੰਦ ਜਿਹੜੇ ਆ ਮਰਨਦੀੜੀ ਇਹ ਗੱਲ ਜਿਹੜੀ ਆ ਸਾਹਮਣੇ ਆਈ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਕਾਫੀ ਜਿਹੜੇ ਐਕਸੀਡੈਂਟ ਜਿਹੜੇ ਆ ਉਹ ਹੀ ਆ ਕਮਾਂਕਾਰਾਂ ਦੇ ਉੱਤੇ ਤੇ ਇਹਦੇ ਵਿੱਚ ਜਿਹੜਾ ਇੱਕ ਚੀਜ਼ ਜਿਹੜੀ ਇਥੇ ਸਰਕਾਰ ਨੂੰ ਜਿਹੜੀ ਟੈਂਸ਼ਨ ਪਾਰੀ ਹੋਈ ਹੈ ਵੀ ਕਮਾਂ ਦੇ ਉੱਤੇ ਜਿਹੜੀ ਪ੍ਰੋਟੈਕਸ਼ਨ ਜਿਹੜੀ ਆ ਲੋਕਾਂ ਦੀ ਜਿਹੜੀ ਵਰਕਰਸ ਕੰਮ ਕਰਦੇ ਆ ਉਹਨਾਂ ਵੱਲ ਜਿਹੜਾ ਜ਼ਿਆਦਾ ਧਿਆਨ ਨਹੀਂ ਦੇ ਹੋ ਰਿਆ ਕਿ ਯੂਰਪ ਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਕੇਸ ਆ ਜੀ ਹੁਣ ਇਟਲੀ ਵਿੱਚ ਇਸ ਵਕਤ ਜਿਹੜੇ ਆ ਕਮਾਂ ਤੇ ਲੋਕੀ ਸੱਟਾਂ ਖਾ ਰਹੇ ਆ ਤੇ ਜਾਨ ਜਾ ਰਹੀ ਆ ਤੇ ਜਾਨ ਗਈ ਕਾ ਆ ਚੀਜ ਉਹ ਸਲਫੋਰਿਕ ਸਲਫਰਿਕ ਐਸਿਡ ਹੁੰਦਾ ਆ ਜਾਂ ਫਿਰ ਇੱਕ ਹੋਰ ਐਸਿਡ ਹੁੰਦਾ ਆ ਉਹੀ ਜਿਹੜੀ ਗੈਸ ਹੈਗੀ ਉਹਦੇ ਵਿੱਚੋਂ ਇੱਕ ਹੋ ਸਕਦੀ ਆ ਜਿਹਨਾਂ ਕਰਕੇ ਇਹਨਾਂ ਦੀ ਜਿਹੜੀ ਹੈ ਗੈਸ ਕਰਨ ਲੀਕ ਹੋ ਕੇ ਕਰਕੇ ਜਿਹੜੀ ਹੈ ਮੌਤ ਹੋਈ ਆ ਤੇ ਜਿਹੜਾ ਹੈ ਜੀ ਵਿਲਨ ਤੇਰੀਓ ਛੇੰਤੂ ਦੇ ਲਪਾਬੇਸ ਜਿਹੜਾ ਏਰੀਆ ਪੈਂਦਾ ਉਹਦੇ ਵਿੱਚ ਜਿਹੜਾ ਘਟਨਾ ਵਾਪਰੀ ਆ ਅੱਜ 12:30 ਵਜੇ ਜਿਹੜਾ ਸਾਰਾ ਜਿਹੜੀ ਘਟਨਾ ਜਿਹੜੀ ਹੋਈ ਆ ਤੇ ਜਿਹਦੇ ਵਿੱਚ ਇਹ ਕੰਮ ਕਰਦੇ ਸੀਗੇ ਜੀ ਇਹ ਇੱਕ ਫੈਕਟਰੀ ਦਾ ਨਾਮ ਹੈ ਡੀ ਆਈ ਜੀ ਆਈ ਐਮ ਏ ਇੱਕ ਇਹ ਦਿੱਤਾ ਆ ਜਿਹੜੇ ਕੀ ਜਿਹੜੇ ਮਚੇ ਲੱਤ ਸਾਨੂੰ ਜਿਹੜੇ ਕਰਦੇ ਯਾਨੀ ਕਿ ਜਿਹੜੇ ਜਾਨਵਰਾਂ ਦਾ ਵਾਟਾ ਵੱਡਾ ਗਿਆ ਜਿੱਥੇ ਹੁੰਦਾ ਆ ਤੇ ਜਿੱਥੇ ਪ੍ਰੋਡਕਸ਼ਨ ਜਿਹੜੀ ਹੁੰਦੀ ਆ ਐਨੀਮਲ ਫੈਟ ਜਿਹੜੀ ਵਗੈਰਾ ਬਣਦੀ ਆ ਉਸ ਫੈਕਟਰੀ ਦੇ ਵਿੱਚ ਜਿਹੜਾ ਇਹ ਕਰ ਰਹੇ ਸੀਗੇ ਕੰਮ ਤੇ ਜਦੋਂ ਜਿਹੜੇ ਦੋ ਪ੍ਰਾਈਓ ਜਿਹੜੇ ਸੀਗੇ ਜੀ ਇਹ ਸਫਾਈ ਕਰਨ ਲੱਗੇ ਆ ਉੱਥੇ ਇਹ ਸਫਾਈ ਕਰਨ ਲੱਗੇ ਆ ਤੇ ਜਿਹੜਾ ਇੱਕ ਵਾਸਕਾ ਹੁੰਦਾ ਕੋਈ ਟੱਬ ਸੀਗਾ ਜਿਹਦੇ ਵਿੱਚ ਜਿਹੜੀਆਂ ਟਿਊਬਾਂ ਲੱਗੀਆਂ ਸੀਗੀਆਂ ਜਿਹਦੇ ਵਿੱਚ ਜਿਹੜੀਆਂ ਸਰਬਾਤਿ ਦੇ ਵਿੱਚ ਜਿਹੜੀ ਹੈ ਗੈਸ ਰੱਖੀ ਸੀਗੀ ਗੈਸ ਸੀਗੀ ਕਿਸੇ ਚੀਜ਼ ਨੂੰ ਲੋਡ ਪੈਂਦੀ ਹੋਊ ਗੈਸ ਦੀ ਸੋ ਜਿਹੜੀ ਉਹ ਗੈਸ ਸੀਗੀ ਜੀ ਉਹ اچانک ਕਿਸੇ ਸਫਾਈ ਕਰਦੇ ਵਕਤ ਇਹਨਾਂ ਜਿਹੜਾ ਪਾਈਪਸ ਹੈਗਾ ਇੱਕ ਉਹ ਜਿਹੜਾ ਪਾਈਪ ਜਿਹੜਾ ਪਾਈਪ ਫਟ ਗਿਆ ਪਾਈਪ ਫਟਣ ਦੇ ਕਾਰਨ ਅੰਦਰੋਂ ਜਿਹੜੀ ਇੰਨਾ ਜ਼ਿਆਦਾ ਪਰਸ਼ ਜਿਹੜਾ ਗੈਸ ਦਾ ਨਿਕਲਿਆ ਜਿਹਦੇ ਕਰਕੇ ਇਹਨਾਂ ਜਿਹੜੀ ਬੰਦਿਆਂ ਦੀ ਜਿਹੜੀ ਆ ਉਹ ਜਿਹੜੀ ਅੰਦਰ ਸਾਰੀ ਗੈਸ ਚਲੀ ਗਈ ਜਿਹੜੀ ਕਿ ਕਾਫੀ ਖਤਰਨਾਕ ਸੀਗੀ ਜਿਨ੍ਹਾਂ ਕਰਕੇ ਉੱਥੇ ਨਾਲ ਦੀ ਜਿਹੜੀ ਮੌਤ ਹੋ ਗਈ ਤੇ ਮੁੜ ਕੇ ਪਤਾ ਲੱਗਿਆ ਵੀ ਜਿਹੜਾ ਵਾਲਵੋਲੇ ਹੈਗਾ ਜੀ ਵਾਲਵੋਲੇ ਵਿੱਚ ਇੱਕੇ ਪ੍ਰੋਬਲਮ ਸੀਗੀ ਜਿਹਦੇ ਕਰਕੇ ਇਹਦੀ ਰਿਪੇਅਰ ਨਹੀਂ ਕੀਤੀ ਗਈ ਜਿਹਦੇ ਕਰਕੇ ਜਿਹੜੀ ਇਹ ਕਟਨਾ ਜਿਹੜੀ ਵਾਪਰੀ ਜਾਂ ਤਾਂ ਉਹ ਦੱਸ ਦਈਏ ਵੀਰੋ ਜਨਵਰੀ ਤੋਂ ਲੈ ਕੇ ਅਪ੍ਰੈਲ ਤੱਕ ਇਟਲੀ ਦੇ ਵਿੱਚ 306 ਲੋਕਾਂ ਦੇ ਸੱਟਾਂ ਲੱਗੀਆਂ ਕੰਮ ਦੇ ਉੱਤੇ ਹੁਣ ਤੱਕ ਜੇਕਰ ਆਈਐਨਐਲ ਜਿਹੜੀ ਰਿਪੋਰਟ ਦੇ ਹਿਸਾਬ ਦੇ ਨਾਲ ਗੱਲ ਕਰੀਏ ਤੇ ਪਿਛਲੇ ਸਾਲ ਨਾਲੋਂ 9.7% 9.3% ਜਿਹੜੇ ਆ ਲੋਕਾਂ ਦੀਆਂ ਸੱਟਾਂ ਇਸ ਵਾਰ ਜ਼ਿਆਦਾ ਖਾਦੀਆਂ 306 ਜਿਹੜੇ ਛੇ ਬੰਦੇ ਦਾ ਮੈਂ ਦੱਸਿਆ ਹੈ ਇਹ ਜਿਹੜੇ ਬੰਦੇ ਦੀ ਜਿਹੜੀ ਹੈ ਜਿਹੜੀ ਹੈ ਜਨਨ ਕਿ ਜਿਆਦਾ ਸੱਟਾਂ ਲੱਗੀਆਂ ਚ ਕਈਆਂ ਦੀ ਜਾਨ ਵੀ ਗਈ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਅਗਲੀ ਅਪਡੇਟ ਦੀ ਅਗਲੀ ਅਪਡੇਟ ਮਿਲਾਨੋਂ ਤੋਂ ਆ ਰਹੀ ਹੈ ਮਿਲਾਨ ਦੇ ਵਿੱਚ ਰਾਤ ਨੂੰ ਜਿਹੜੀਆਂ ਗੋਲੀਆਂ ਵਗੈਰਾ ਚੱਲੀਆਂ ਵੀਰਵਾਰ ਰਾਤ ਤੇ ਸ਼ੁੱਕਰਵਾਰ ਰਾਤ ਨੂੰ ਦੀ ਰਾਤ ਵਾ ਜਿਹੜੀ ਸਾਰੀ ਇਹ ਘਟਨਾ ਵਾਪਰੀ ਹੈ ਕੋਲੋਨੀ ਦੀ ਸਨ ਲੋਰੈਂਸੋ ਦੇ ਵਿੱਚ ਤੇ ਇਹ ਜਿਹੜੀ ਘਟਨਾ ਵਾਪਰੀ ਹੈ ਜਿਹੜੀ ਰਾਤ ਦੇ ਤਕਰੀਬਨ 1 ਵਜੇ ਦਾ ਟਾਈਮ ਸੀਗਾ ਜਦੋਂ ਇਹ ਘਟਨਾ ਵਾਪਰੀ ਹੈ ਅ ਦੋ ਲੋਕਾਂ ਦੀ ਜਿਹੜੀਆਂ ਸੱਟਾਂ ਵੀ ਲੱਗੀਆਂ ਇਹਦੇ ਵਿੱਚ ਤੇ ਇਹ ਕਾਰਬਨਰੀ ਜਿਹੜੀ ਹੈ ਜੀ ਇੰਟਰ ਇੰਟਰਵਿਊ ਜਦੋਂ ਇੰਟਰਫੇਅਰ ਕੀਤਾ ਜਦੋਂ ਕਿਉਂਕਿ ਕੋਲੋਂ ਦੀ ਸ਼ਿਕਾਇਤ ਆਈ ਸੀਗੀ ਵੀ ਇੱਥੇ ਜਿਹੜੀ ਹੈ ਰੁਪੀਨਾ ਹੋ ਰਿ ਜਣੇ ਕਿ ਚੋਰੀ ਵਗੈਰਾ ਦੀ ਕੋਈ ਘਟਨਾ ਨੂੰ ਮਿਲੀ ਆ ਤੇ ਜੇਕਰ ਪਾਰਟੀਕੂਲ ਗੱਲ ਕਰੀ ਆਪਾਂ ਤੋਂ ਇਹ ਸੀਗਾ ਵੀ ਜਿਹੜੀ ਸ਼ਿਕਾਇਤ ਇਹ ਸੀਗੀ ਵੀ ਦੋ ਜਿਹੜੇ ਬੰਦੇ ਆ ਜੀ ਜਿਨ੍ਹਾਂ ਕੋਲ ਦੋ ਜਿਹੜੇ ਆ ਪਿੱਟਪੋਲ ਜਿਹੜੇ ਆ ਡੌਗਸ ਸੀਗੇ ਫੜੇ ਹੋਏ ਤੇ ਜਿਹੜੇ ਉਹ ਕੁੱਤੇ ਸੀਗੇ ਜਿਹੜੇ ਉਹਨਾਂ ਨੂੰ ਕੋ ਫੜੇ ਸੀਗੇ ਜੀ ਉਹਨਾਂ ਨੇ ਇਹ ਕਿਹੜਾ 23 ਸਾਲ ਦਾ ਮੁੰਡਾ ਸੀਗਾ ਜਰਮਨ ਦਾ ਕੋਈ ਜਿਹੜਾ ਕਿ ਕੁੰਮਰਿਆ ਸੀਗਾ ਕੁੱਤਿਆਂ ਨੇ ਜਿਹੜਾ ਉਹਦੀ ਪਹਿਲਾਂ ਲਾਤ ਤੇ ਜਿਹੜੀ ਆ ਜਿਹਨੂੰ ਵੱਢਿਆ ਉਸ ਮੁੰਡੇ ਨੂੰ ਉਸ ਤੋਂ ਬਾਅਦ ਉਹਦੀ ਜਿਹੜੀ ਆ ਚੋਰੀ ਕੀਤੀ ਆ ਸਾਰੀ ਉਹਦੇ ਕੋ ਪੈਸਾ ਪੂਸਾ ਜੂਸ ਸਾਰਾ ਕੁਝ ਲੈ ਕੇ ਹੀ ਚਲੇ ਗਏ ਉਸ ਤੋਂ ਬਾਅਦ ਜਦੋਂ ਉਹਨੂੰ ਰੋਕਿਆ ਪੁਲਿਸ ਦੇ ਵੱਲੋਂ ਤੇ ਉਸੇ ਵਕਤ ਜਿਹੜਾ ਇੱਕ ਬੰਦਾ ਸੀਗਾ ਉਹਨੇ ਜਿਹੜਾ ਆਪਣੇ ਕਿਹੜਾ ਉਹਦੇ ਕੁੱਤਾ ਫੜਿਆ ਸੀਗਾ ਉਹ ਇਹ ਲੈ ਮਿਲਟਰੀ ਵਾਲੇ ਜਿਹੜਾ ਬੰਦਾ ਆਇਆ ਜਿਹੜਾ ਪੁਲਿਸ ਵਾਲਾ ਉਹਦੇ ਉੱਤੇ ਜਿਹੜਾ ਹਮਲਾ ਕਰਨ ਨੂੰ ਨੇ ਕਹਿ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਇੱਕ ਬੰਦੇ ਜਦੋਂ ਕਰਨੇਰੀ ਲੈਣੇ ਕੁੱਤੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜਾ ਨਾਲ ਦਾ ਇੱਕ ਹੋਰ ਬੰਦਾ ਸੀਗਾ ਉਹਨੇ ਆਪਣੇ ਜਿਹੜੇ ਦੂਜਾ ਕੁੱਤਾ ਸੀਗਾ ਦੂਜਾ ਡੌਗਸ ਹੈਗਾ ਉਹਦੇ ਕੋ ਉਹ ਵੀ ਜਿਹੜਾ ਕਰਨੇਰੀ ਦੇ ਉੱਤੇ ਜਿਹੜਾ ਸਿੱਟ ਦਿੱਤਾ ਇਹਦੇ ਕਰਕੇ ਜਿਹੜਾ ਇੱਕ ਕਾਰਨ ਵਾਲਾ ਬੰਦਾ ਸੀਗਾ ਉਹਦੇ ਕਾਫੀ ਸੱਟਾਂ ਲੱਗੀਆਂ ਕੁੱਤੇ ਨੇ ਕਾਫੀ ਉਹਨੂੰ ਵੱਢਿਆ ਉਹਨੂੰ ਹਸਪੀਟਲ ਜਿਹੜਾ ਲੈ ਜਾਣਾ ਪਿਆ ਬੰਦੇ ਨੂੰ ਤੇ ਕਾਰਨੇਰੀਆ ਵਾਲਿਆਂ ਕੋਈ ਜਿਹੜਾ ਹੈ ਜੀ ਕੋਈ ਹੋਰ ਚਾਰਾ ਹੈ ਨਹੀਂ ਸੀਗਾ ਕੋਈ ਕੁੱਤੇ ਜਿਹੜੇ ਸੀਗੇ ਕਾਫੀ ਜਿਹੜੇ ਇਹ ਕਹਿ ਸਕਦੇ ਆ ਆਪਾਂ ਵੀ ਤਕੜੇ ਸੀਗੇ ਜਿਹੜੇ ਉਹ ਆਪਣੀ ਪਿਸਤੌਲ ਦੀਆਂ ਗੋਲੀਆਂ ਨਾ ਮਾਰਦੇ ਤੇ ਇਹਨਾਂ ਦਾ ਜਿਹੜਾ ਬਚਾਅ ਹੋਣਾ ਮੁਸ਼ਕਲ ਸੀਗਾ ਇਸ ਤੋਂ ਇਲਾਵਾ ਜਿਹੜੇ ਪੁਲਿਸ ਦੇ ਜਿਹੜਾ ਨਾਲ ਦਾ ਬੰਦਾ ਸੀਗਾ ਜੀ ਉਹਨੇ ਫਿਰ ਜਿਹੜੀਆਂ ਦੋ ਗੋਲੀਆਂ ਜਿਹੜੀਆਂ ਜਿਹੜੇ ਬੰਦੇ ਸੀਗੇ ਇੱਕ ਦੀ 21-22 ਸਾਲ ਦੀ ਉਮਰ ਸੀ ਦੋਨਾਂ ਦੀ ਇਹਨਾਂ ਦੀ ਤੇ ਜੁਨਾ ਨੂੰ ਫਿਰ ਹਸਪੀਟਲ ਜਿਹੜਾ ਲੈ ਕੇ ਜਾਣਾ ਪਿਆ ਤੇ ਇਸ ਤੋਂ ਇਲਾਵਾ ਵੀਰੋ ਹੋਰ ਵੀ ਰਾਤੀ ਘਟਨਾਵਾਂ ਮਿਲਾਂ ਦੇ ਵਿੱਚ ਹੋਈਆਂ ਇਸ ਤੋਂ ਇਲਾਵਾ ਕਈਆਂ ਮੁੰਡਿਆਂ ਵੱਲੋਂ ਜਿਹੜੀਆਂ ਜੀ ਬੂਤਲਾਂ ਸਿੱਟੀਆਂ ਹੈਗੀਆਂ ਵੀਰ ਰਦੀਆਂ ਬੂਤਲਾਂ ਹੁੰਦੀਆਂ ਕਾਰਬਨਟ ਦੀ ਉੱਤੇ ਜਿਹੜੀਆਂ ਸਿੱਟੀਆਂ ਹੈਗੀਆਂ ਕਿਉਂਕਿ ਉਹ ਰਾਤ ਨੂੰ ਜਿਹੜੇ ਆ ਕੋਪਰੀ ਫੋਕੋ ਤੋਂ ਬਾਅਦ ਜਿਹੜਾ ਹੈ ਸ਼ਰਾਬ ਵਗੈਰਾ ਪੀ ਰਿਏ ਸੀਗੇ ਸੜਕਾਂ ਦੇ ਉੱਤੇ ਤੇ ਨਸ਼ੇ ਦੇ ਵਿੱਚ ਸੀਗੇ ਤੇ ਉਸ ਵਕਤ ਫਿਰ ਜਿਹੜੀ ਲੜਾਈ ਜਦੋਂ ਹੋਈ ਹੈ ਤੇ ਉਹ ਵੀ ਜਿਹੜੀ ਹੈ ਪੁਲਿਸ ਦੇ ਉੱਤੇ ਨ ਲੜਾਈ ਉਹ ਨਾ ਹੋਈ ਆ ਤੇ ਬਾਕੀ ਕਿਸੇ ਵੀ ਜਾਨਵਰ ਦੀ ਜਾਂ ਕਿਸੇ ਵੀ ਬੰਦੇ ਦੀ ਦੇ ਵਿੱਚ ਜਾਨ ਜਿਹੜੀ ਹੈ ਜੀ ਕੋਈ ਨਹੀਂ ਗਈ ਰੈਸਟੋਰੈਂਟ ਜਿਹੜੇ ਆ ਤੇ 바ਰ ਜਿਹੜੇ ਆ ਇਹ ਜਿਹੜੇ ਆ 1 ਜੂਨ ਨੂੰ ਜਿਹੜੇ ਆ ਜੀ ਕਯੂਜ਼ੋ ਦੇ ਵਿੱਚ ਵੀ ਜਿਹੜੇ ਆ ਖੋਲ ਦਿੱਤੇ ਜਾਣੇ ਆ ਜਿਹੜੇ ਜ਼ੂਨੇ ਜਾਲੇ ਵਿੱਚ ਪੈਂਦੇ ਆ ਸੁਜੂਨੇ ਜਾਲੇ ਵਿੱਚ ਬਾਹਰ ਤੇ ਰੈਸਟੋਰੈਂਟ ਜਿਹੜੇ ਆ 1 ਜੂਨ ਨੂੰ ਕਯੂਜ਼ੋ ਦੇ ਵਿੱਚ ਜਿਹੜੇ ਆ ਖੋਲ ਦਿੱਤੇ ਜਾਣੇ ਕਿ ਅੰਦਰੋਂ ਵੀ ਜਿਹੜੇ ਖੋਲ ਦਿੱਤੇ ਜਾਣੇ ਆ ਅੰਦਰ ਬੈ ਕੇ ਤੁਸੀਂ ਖਾ ਪੀ ਸਕਦੇ ਚਾਹੇ ਕਿ ਤੁਸੀਂ ਜ਼ੂਨੇ ਜਾਲਾ ਦੇ ਵਿੱਚ ਕਿਉਂ ਨਾ ਹੋਵੇ ਇਸ ਤੋਂ ਇਲਾਵਾ ਬਾਹਰ ਰੈਸਟੋਰੈਂਟ ਜਿਹੜੇ ਆ ਜੀ ਉਹ ਬਿਆੰਕਾ ਜ਼ੂਨ ਜਿਹੜੇ ਵੀ ਪੈਂਦੇ ਆ ਉਹਨਾਂ ਵਿੱਚ ਜਿਹੜੇ ਆ ਅੰਦਰੋਂ ਵੀ ਜਿਹੜੇ ਖੋਲ ਦਿੱਤੇ ਜਾਣੇ ਆ 31 ਮਈ ਤੋਂ ਇਸ ਤੋਂ ਇਲਾ ਤੁਸੀਂ ਆਪਣੇ ਆਪਣਾ ਮਾਸਕ ਜਿਹੜਾ ਉਤਾਰ ਸਕਦੇ ਆ ਪਰ ਸਿਰਫ ਜੋ ਤੁਸੀਂ ਆਪਣੇ ਟੇਬਲ ਦੇ ਉੱਤੇ ਬਹਿ ਗਏ ਆ ਉਸ ਤੋਂ ਇਲਾਵਾ ਜੇ ਤੁਸੀਂ ਉੱਠਣਾ ਹੈ ਜਾਂ ਤੁਸੀਂ ਬਾਥਰੂਮ ਕਰਨ ਵੀ ਜਾਣਾ ਹੈ ਤੁਹਾਨੂੰ ਜਿਹੜਾ ਆਪਣਾ ਮਾਸਕ ਜਿਹੜਾ ਆ ਪਾ ਕੇ ਉੱਠਣਾ ਪੈਣਾ ਹੈ ਟੇਬਲ ਤੋਂ ਸਿਰਫ ਜੋ ਤੁਸੀਂ ਖਾਣਾ ਹੈ ਉਸ ਵਕਤ ਤੁਸੀਂ ਆਪਣਾ ਮਾਸਕ ਜਿਹੜਾ ਹੈ ਉਤਾਰ ਸਕਦੇ ਆ ਤੇ ਇੱਕ ਚੀਜ਼ ਦਾ ਧਿਆਨ ਰੱਖਣਾ ਜਿਹੜਾ ਤੁਹਾਨੂੰ ਸਰਵਿਸ ਦੇ ਰਿਹਾ ਉੱਥੇ ਬੰਦਾ ਉਹਦੇ ਜਿਹੜਾ ਆ ਮਾਸਕ ਜਿਹੜਾ ਆ ਪਾਉਣਾ ਹੋਣਾ ਚਾਹੀਦਾ ਆ ਤੇ ਉਹ ਜਿਹੜੇ ਆਪਣੇ ਹੱਥ ਵਗਾਰ ਜਿਹੜੇ ਆ ਜਿਹੜਾ ਸਾਫ਼ ਰੱਖਣੇ ਪੈਣੇ ਆ ਜਦੋਂ ਵੀ ਕੋਈ ਵੀ ਸਰਵਿਸ ਜਿਹੜਾ ਆ ਟੇਬਲ ਤੋਂ ਪਹਿਲਾਂ ਕਰਦਾ ਹੈ ਤੁਹਾਡੇ ਉੱਤੇ ਤੁਹਾਡੇ ਟੇਬ ਇਹ ਜਿਹੜੇ ਸਟੂਡੈਂਟਾਂ ਦੇ ਜਿਹੜੇ ਟੇਬਲ ਜਿਹੜੇ ਲਗਾਏ ਜਾਣੇ ਆ ਜੀ ਉਹਨਾਂ ਵਿੱਚ 1 ਮੀਟਰ ਡਿਸਟੈਂਸ ਜਿਹੜਾ ਟੋਕਾ ਟੱਕ ਮੀਟਰ ਡਿਸਟੈਂਸ ਜਿਹੜਾ ਇੱਕ ਬੰਦੇ ਦੇ ਦੂਜੇ ਮੀਟਰ ਦੂਜੇ ਬੰਦੇ ਦਾ ਕਿਹੜਾ ਹੋਣਾ ਚਾਹੀਦਾ ਆ ਇੱਕ ਟੇਬਲ ਤੋਂ ਦੂਜੇ ਟੇਬਲ ਦੇ ਵਿੱਚ ਇਸ ਤੋਂ ਇਲਾਵਾ ਗੱਲ ਕਰੀਏ ਜਿਹੜੇ ਮੀਨੂ ਹੁੰਦੇ ਆ ਜੀ ਹੋਟਲ ਰੈਸਟੋਰੈਂਟਾਂ ਦੇ ਵਿੱਚ ਉਹ ਜਿਹੜੇ ਆ ਮੀਨੂ ਜਿਹੜੇ ਆ ਕਾਗਜ਼ਾਂ ਵਾਲੇ ਨਹੀਂ ਹੋ ਸਕਦੇ ਹੈਗੇ ਜਾਂ ਤਾਂ ਜਿਹੜੇ ਇਹਨੂੰ ਡਿਜੀਟਲ ਰੂਪ ਦੇ ਵਿੱਚ ਜਿਹੜੇ ਮੀਨੂ ਤੁਹਾਨੂੰ ਦਿੱਤੇ ਜਾਣਗੇ ਡਿਜੀਟਲ ਰੂਪ ਜਿਹੜੇ ਕਿ ਆ ਕਿ ਕੋਈ ਫੋਨ ਦੇ ਵਿੱਚ ਜਾਂ ਕੋਈ ਟੈਬਲੇਟ ਦੇ ਵਿੱਚ ਜਾਂ ਫਿਰ ਇੱਕ ਜਿਹ ਜਾ ਦੂਜੇ ਕਲਾਇੰਟ ਨੇ ਅੰਦਰ ਓਕੇ ਬੈਣਾ ਹੈ ਜਿਹੜੇ ਕੁਝ ਕੁ ਰੂਲਸ ਆ ਜਿਹੜੇ ਕਿ ਹੋਟਲਾਂ ਵਾਲਿਆਂ ਵਾਲੇ ਰੈਸਟੋਰੈਂਟ ਵਾਲਿਆਂ ਜਿਹੜੇ ਆ ਫਾਲੋ ਕਰਨੇ ਪੈਣੇ ਆ ਸਵੇ ਸਿਗਾ ਨਹੀਂ ਆਪਣੀਆਂ ਹੁੰਦੀਆਂ ਕੁਝ ਨਵੀਆਂ ਅਪਡੇਟਸ ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਣੀ ਆ ਜੇਕਰ ਚੰਗੀ ਲੱਗਦੀ ਆ ਸਾਡੀ ਵੀਡੀਓ ਤੇ ਲਾਈਕ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਚੈਨਲ ਨੂੰ ਜੇਕਰ ਨਹੀਂ ਕੀਤਾ ਤੇ ਤੁਸੀਂ ਉਹਨੇ ਕੀ ਸਮਾਂ ਕੱਢ ਕੇ ਹਰ ਰੋਜ਼ ਵੀਡੀਓ ਦੇਖਦੇ ਆ ਡਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇਕਰ ਤੁਸੀਂ ਸਾਡੀ ਜਿਹੜੀ ਸਵੇਰ ਵਾਲੀ ਵੀਡੀਓ ਨਹੀਂ ਦੇਖੀ ਹੈਗੀ ਜਾ ਕੇ ਕਿਰਪਾ ਕਰਕੇ ਜੂਰ ਦੇਖ ਲਿਓ ਉਹਦੇ ਵਿੱਚ ਕੁਝ ਇੰਪੋਰਟੈਂਟ ਚ ਸੋ ਵੀਰੋ ਹਾਜੇ ਵਾਸਤੇ ਨਹੀਂ ਆ ਜੀ ਮਿਲਦੇ ਆ ਆਪਾਂ ਹੁਣ ਕੱਲ ਦੀਆਂ ਖ਼ਬਰਾਂ ਵਿੱਚ ਸੋ ਸਾਡੇ ਵੱਲੋਂ ਜਿੰਨੇ ਵੀ ਆਪਣੇ ਵੀਰ ਦੇਖੇ ਦੀ ਸਾਰਿਆਂ ਨੂੰ ਹੈਪੀ ਵੀਕਐਂਡ ਗੁੱਡ ਵੀਕਐਂਡ ਤੇ ਮਿਲਦੇ ਆ ਜੀ ਆਪਾਂ ਹੁਣ ਅਗਲੀ ਅਪਡੇਟ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ